ਦਾਣਾ ਮੰਡੀ ਦੇ ਵਿੱਚ ਜਾ ਕੇ ਵੇਖਿਆ ਤੇ ਇੱਕ ਨਾਮਲੂ ਵਿਅਕਤੀ ਸੀਗਾ ਜਿਹਦੀ ਡੈਡ ਬੋਡੀ ਸੀ 55 ਸਾਲ ਦੀ ਉਹਦੀ ਉਮਰ ਆ ਸਰ ਕੋਈ ਪਤਾ ਲੱਗ ਸਕਿਆ ਕਿ ਮੌਤ ਕਿੱਦਾਂ ਹੋਈ ਹੈ ਨਹੀਂ ਅਜੇ ਦੀ ਕੋਈ ਪਤਾ ਲੱਗਾ ਜੀ ਹੁਣ ਪੋਸਟਮਾਰਟਮ ਵਾਸਤੇ ਭੇਜਾਂਗੇ ਤਾਂ ਪਤਾ ਲੱਗੂਗਾ ਜੀ ਹਾਲੇ ਘੜੀ ਕੋਈ ਇਹਦੇ ਤਾਂ ਸਿਰ ਦੇ ਵਿੱਚ ਕੋਈ ਜਿਵੇਂ ਕੰਧ ਟੱਪਣ ਲੱਗਿਆ ਕੋਈ ਬਜ਼ੁਰਗ ਡਿੱਗ ਪੈਂਦਾ ਇਸ ਤਰ੍ਹਾਂ ਦੀ ਸੱਟ ਸੀਗੀ ਉਂਗਲੀ ਜੀ ਪੇਖੇ ਵਿੰਡ ਦੀ ਦਾਣਾ ਮੰਡੀ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਤੇ ਲਾਸ਼ ਨੂੰ 72 ਘੰਟੇ ਲਈ ਪੱਟੀ ਦੇ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ ਤਾਂ ਜੋ ਕਿ ਵਿਅਕਤੀ ਦੀ ਪਹਿਚਾਣ ਹੋ ਸਕੇ ਮਿਲੀ ਇਸ ਲਾਸ਼ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ASI ਸੁਰਿੰਦਰ ਕੁਮਾਰ ਨੇ ਕਿਹਾ ਕਿ ਦਾਣਾ ਮੰਡੀ ਵਿੱਚੋਂ ਇੱਕ ਲਾਸ਼ ਮਿਲੀ ਹੈ ਜਿਸ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ ਹੈ ਅੱਜ 9:30 ਵਜੇ ਮੈਂ ਸਾਥੀ ਕਰਮਚਾਰੀਆਂ ਦੇ ਨਾਲ ਚੌਂਕ ਦੀ ਖੰਡ ਖੜੇ ਹਾਂ ਇੱਕ ਸਰਨ ਸਿੰਘ ਮੈਂਬਰ ਪੰਚਾਇਤ ਦੀ ਸਾਨੂੰ ਆਇਆ ਮਿਲਿਆ ਜਿਹਨੇ ਕਿਹਾ ਵੀ ਇੱਕ ਡੈਡ ਬਾਡੀ ਪਈ ਆ ਜੇ ਮਾਲ ਮੰਡੀ ਦੇ ਅਤੇ ਦਾਣਾ ਮੰਡੀ ਦੇ ਵਿੱਚ ਅਤੇ ਫਿਰ ਅਸੀਂ ਜਾ ਕੇ ਗਏ ਅਤੇ ਜਾ ਕੇ ਵੇਖਿਆ ਅਤੇ ਇੱਕ ਨਾਮਲੂ ਵਿਅਕਤੀ ਸੀਗਾ ਜਿਹਦੀ ਡੈਡ ਬਾਡੀ ਸੀ 55 ਸਾਲ ਦੀ ਉਹਦੀ ਉਮਰ ਆ ਅਤੇ ਨਾ ਤਾਂ ਨਹੀਂ ਤਸਦੀਕ ਹੋਇਆ ਨਾ ਨਾ ਹੀ ਉਹਦੇ ਪੁੱਛ ਕੋਈ ਆਈਡੈਂਟੀਫਾਈ ਕਾਗਜ਼ ਨਿਕਲਿਆ ਵਾ ਨਾ ਹੀ ਕੋਈ ਆਧਾਰ ਕਾਰਡ ਨਿਕਲਿਆ ਵਾ ਕੋਈ ਵੀ ਸ਼ਨਾਖਤੀ ਕਾਰਡ ਇਹੋ ਜਿਹਾ ਨਹੀਂ ਨਿਕਲਿਆ ਫਿਰ ਵੀ ਲੋਕਾਂ ਨੂੰ ਆਮ ਜਾਂਦੀ ਪਬਲਿਕ ਨੂੰ ਅਸੀਂ ਰਾਹ ਸ਼ਨਾਖਤ ਕਰਾਈ ਪਰ ਕਿਸੇ ਨੇ ਸ਼ਨਾਖਤ ਨਹੀਂ ਕੀਤੀ ਜੋ ਹੁਣ ਮੀਡੀਆ ਵਾਲਿਆਂ ਨੂੰ ਜਾਂ ਸਾਰਿਆਂ ਪ੍ਰੈਸ ਵਾਲੇ ਵੀਰਾਂ ਨੂੰ ਆ ਕੇ ਇਹਦੀ ਫੋਟੋ ਭੇਜ ਦਿੱਤੀ ਗਈ ਆ ਹੁਣ ਫਾਸਟ ਇਹਦੇ ਵਿੱਚ ਲਾ ਦਿੰਦੇ ਹਾਂ ਇਹਦੀ ਸ਼ਨਾਖਤ ਕਰਕੇ 72 ਘੰਟੇ ਬਾਅਦ ਇਹਦਾ ਪੋਸਟਮਾਰਟਮ ਕਰਾਵਾਂਗੇ ਜੇ ਕੋਈ ਵਾਰਸ ਹੋ ਕੇ ਆਜੂਗਾ ਅਖਬਾਰ ਪੜ੍ਹ ਕੇ ਆਜੂ ਅਤੇ ਉਹਦੇ ਹਵਾਲੇ ਕਰ ਦਿੱਤਾ ਹਿਸਾਬ ਦੀ ਘੜੀ 134 CRPC ਕਾਰਵਾਈ ਕਰ ਦਿੱਤੀ ਸਰ ਕੋਈ ਪਤਾ ਲੱਗ ਸਕਿਆ ਕਿ ਮੌਤ ਕਿੱਦਾਂ ਹੋਈ ਹੈ ਨਹੀਂ ਅਜੇ ਦੀ ਕੋਈ ਪਤਾ ਲੱਗਾ ਜੀ ਹੁਣ ਪੋਸਟਮਾਰਟਮ ਵਾਸਤੇ ਭੇਜਾਂਗੇ ਤਾਂ ਪਤਾ ਲੱਗੂਗਾ ਜੀ ਹਾਲ ਦੀ ਘੜੀ ਕੋਈ ਇਹਦੇ ਤਾਂ ਸਿਰ ਦੇ ਵਿੱਚ ਕੋਈ ਜਿਵੇਂ ਕੰਧ ਟੱਪਣ ਲੱਗਿਆ ਕੋਈ ਬਜ਼ੁਰਗ ਡਿੱਗ ਪੈਂਦਾ ਇਸ ਤਰ੍ਹਾਂ ਦੀ ਸੱਟ ਸੀਗੀ ਉਂਗਲੀ ਜੀ ਬਾਕੀ ਹੋਰ ਸਰੀਰ 'ਤੇ ਕੋਈ ਸੱਟ ਨਹੀਂ ਸੀ ਦਾਣਾ ਮੰਡੀ ਦੇ ਵਿੱਚ ਅਸੀਂ ਜਾ ਕੇ ਵੇਖਿਆ ਅਤੇ ਇੱਕ ਨਾਮਲੂ ਵਿਅਕਤੀ ਸੀਗਾ ਜਿਹਦੀ ਡੈਡ ਬੋਡੀ ਸੀ 55 ਸਾਲ ਦੀ ਉਹਦੀ ਉਮਰ ਆ ਸਰ ਕੋਈ ਪਤਾ ਲੱਗ ਸਕਿਆ ਕਿ ਮੌਤ ਕਿੱਦਾਂ ਹੋਈ ਹੈ ਨਹੀਂ ਅਜੇ ਦੀ ਕੋਈ ਪਤਾ ਲੱਗਾ ਜੀ ਹੁਣ ਪੋਸਟਮਾਰਟਮ ਵਾਸਤੇ ਭੇਜਾਂਗੇ ਤਾਂ ਪਤਾ ਲੱਗੂਗਾ ਜੀ ਹਾਲ ਦੀ ਘੜੀ ਕੋਈ ਇਹਦੇ ਤਾਂ ਸਿਰ ਦੇ ਵਿੱਚ ਕੋਈ ਜਿਵੇਂ ਕੰਧ ਟੱਪਣ ਲੱਗਿਆ ਕੋਈ ਬਜ਼ੁਰਗ ਡਿੱਗ ਪੈਂਦਾ ਇਸ ਤਰ੍ਹਾਂ ਦੀ ਸੱਟ ਸੀਗੀ ਉਂਗਲੀ ਜੀ